ਮੈਂ ਨੰਬਰ 1 ਤੇ ਸੀ। ਅੱਛਾ। ਕਹਿੰਦਾ ਦੇਖਾ, ਕਹਿੰਦਾ ਨੰਬਰ 1 ਤੇ ਸੀ, ਇਹਦਾ ਮਤਲਬ ਤੂੰ ਮੋਸਟ ਪ੍ਰੋਬਬਲੀ 90% ਤੂੰ ਅਗਲਾ ਰੈਂਕ ਨਹੀਂ, ਤੂੰ ਚੀਫ ਬਣਨਾ ਸੀ। ਉਹਨਾਂ ਸੀ ਪੱਕਾ। ਅੱਛਾ। ਇਹ ਕੀ ਕੀਤਾ, ਲੜ ਪਿਆ। ਮੈਂ ਕਿਹਾ ਕੀ ਗੱਲ ਪੁੱਛਦਾ? ਕਹਿੰਦਾ ਚੰਗੀ ਤਰ੍ਹਾਂ ਦੇਖ ਨਾਮ ਆਪਣਾ, ਇਹਦੇ ਵਿੱਚ ਲਾਲ ਲਕੀਰ ਹੈ ਕਿ? ਮੈਂ ਕਿਹਾ ਹਾਂ ਹੈ। ਕਹਿੰਦਾ ਚੀਫ ਨੇ ਕੱਟਤਾ। ਮੈਂ ਕਿਹਾ ਕਿੱਦਾਂ ਕੱਟ ਸਕਦਾ? ਇਟਸ ਦ ਪ੍ਰੈਜ਼ੀਡੈਂਟ ਹੂ ਕੈਨ ਪਨਿਸ਼ ਯੂ, ਅਸ ਨਾਟ ਐਨੀਬਡੀ ਐਲਸ। ਉਹ ਛੱਡੋ ਗੱਲਾਂ, ਅੱਜ ਸਿੱਖ ਦੇ ਨਾਮ ਤੇ ਕੋਈ ਰਿਪੋਰਟ ਆ ਜਾਏ, ਐਕਸ਼ਨ ਉਸੇ ਵੇਲੇ ਟੈਲੀਫੋਨ ਤੇ ਹੀ। ਯਾਨੀ ਕਿ ਜਿਹੜਾ ਰੋਸ ਤੁਸੀਂ ਪ੍ਰਗਟ ਕੀਤਾ ਸੀ ਜਾਂ ਜਿਹੜੀ ਤੁਸੀਂ ਪੈਰਵਾਈ ਕਰ ਰਹੇ ਸੀ ਕਿ ਪਤਾ ਜਾਣਨ ਦੀ ਕੋਸ਼ਿਸ਼ ਕਰ ਰਹੇ ਸੀ, ਉਸ ਕਰਕੇ ਤੁਹਾਡੀ ਪ੍ਰਮੋਸ਼ਨ ਨਹੀਂ ਹੋਈ, ਤੁਹਾਨੂੰ ਉਹ ਸਨਮਾਨ ਮਿਲਿਆ ਨਹੀਂ ਫੌਜ ਦੇ ਵਿੱਚ ਜੋ ਮਿਲਣਾ ਚਾਹੀਦਾ ਸੀ? ਪੈਰਵੀ ਕਰਕੇ ਨਹੀਂ, ਇਹਦੇ ਨਾਲ ਬਹਿਸ ਕਰਕੇ। ਮੈਂ ਕਿਹਾ ਯਾਰ ਜਾਣ ਦੇ, ਸਿਫਾਰਿਸ਼ਾਂ ਕਦੇ ਪਾਈਆਂ ਨਹੀਂ ਜੇ ਫੌਜ ਵਿੱਚ। ਮੈਂ ਕਿਹਾ 25-30 ਸਾਲ ਤੋਂ ਬਾਅਦ ਨੌਕਰੀ ਤੋਂ ਬਾਅਦ ਉਹ ਵੀ ਟੋਪ ਦੀ ਆਹ ਹਾਲ ਹੋਵੇ ਅਫਸਰ ਦਾ, ਕੀ ਹੋਰ ਕੀ ਹੋਰ ਕੀ ਇਹਦੇ ਨਾਲ ਭੈੜਾ ਹੋ ਸਕਦਾ? ਫੌਜ ਵਿੱਚ ਰਹਿਣਾ ਚਾਹੀਦਾ? ਆਈ ਐਮ ਨੋਟ ਇੰਟਰਸਟਡ। ਉਹ ਜਿਹੜਾ ਸਿੱਖ ਥੋੜਾ ਜਿਹਾ ਕੁਛ ਗਲਤ ਕਰਦਾ ਸੀ ਪਨਿਸ਼ਮੈਂਟ। ਐਨੀਵੇ ਦੈਟਸ ਵਾਟ ਵੀ ਥੋਟ, ਦੈਟਸ ਵਾਟ ਹੈਪਨ। ਜਦ ਵਿਦਿਆ ਰਿਟਾਇਰ ਹੋ ਗਿਆ ਇਹ ਚੀਫ ਬਣ ਕੇ, ਫਿਰ ਇਹਨੇ ਮੈਨੂੰ ਬਾਹਰ ਭੇਜਿਆ ਨਾਈਜੀਰੀਆ। ਕੌਣ ਸੀ ਚੀਫ? ਸੁੰਦਰ ਜੀ, ਜਿਹੜਾ ਬਲੂ ਸਟਾਰ ਦਾ ਇੰਚਾਰਜ ਸੀ ਪੰਜਾਬ ਚ, ਲੇਕਿਨ ਕਰਤਾ ਤੱਤਾ ਨਹੀਂ ਸੀ, ਕਰਤਾ ਤੱਤਾ ਸਾਡਾ ਬੰਦਾ ਸੀ, ਤੁਹਾਨੂੰ ਪਤਾ ਹੀ ਹੈ ਕੌਣ ਕੌਣ ਸੀ, ਦੱਸੋ ਤੁਸੀਂ। ਸਰਦਾਰ ਸਾਡਾ ਕੀ ਨਾਂ ਸੀ ਉਹਦਾ ਦੱਸੋ? ਸਿੱਖ ਬਰਾੜ, ਬਰਾੜ ਕਰਤਾ ਧਰਤਾ ਤਾਂ ਬਰਾੜ ਹੀ ਸੀ। ਇਹ ਬੇਚਾਰਾ ਸਾਊਥ ਦਾ ਬੰਦਾ, ਇਹ ਮੈਨੂੰ ਆ ਕੇ ਕਹਿੰਦਾ ਉੱਥੇ, ਕਰਤਾਰ ਮੈਂ ਬਹੁਤ ਗਲਤੀਆਂ ਕਰਿਆ, ਮੈਨੂੰ ਸਿੱਖ ਦਾ ਪਤਾ ਹੀ ਨਹੀਂ ਸੀ ਕੀ ਚੀਜ਼ ਹੈ। ਮੇਰੇ ਬਟਾਲੀਅਨ ਮਹਾਰ ਸੀਗੇ, ਕਹਿੰਦਾ ਇੱਕ ਦੋ ਸਿੱਖ ਸੀਗੇ ਤੇ ਮੈਂ ਸਮਝਿਆ ਮੈਂ ਸਿੱਖਾਂ ਨੂੰ ਜਾਣ। ਉਹ ਕਹਿੰਦਾ ਵੇਦਿਆ ਨੇ ਇੰਦਰਾ ਗਾਂਧੀ ਦਾ ਆਰਡਰ ਸੁਣਿਆ ਔਰ ਅੱਗੇ ਸਾਨੂੰ ਕਹਿਤਾ ਕੋਈ ਆਰਡਰ ਚ ਹਿੱਲ ਨਹੀਂ ਹੋਣੀ ਚਾਹੀਦੀ, ਸਾਨੂੰ ਐਨ ਇੱਕ ਪਾਸੇ ਲੈ ਗਿਆ। ਹੁਣ ਮੈਨੂੰ ਪਤਾ ਲੱਗਾ ਸਿੱਖ ਕੀ ਚੀਜ਼। ਔਰ ਹੁਣ ਤੂੰ ਤੇ ਮੈਂ ਜਿਹੜੀ ਵੇਕੈਂਸੀ ਹੁੰਦੀ ਸੀਨੀਅਰ ਜਨਰਲ ਦੀ ਇੱਥੇ, ਆਪਾਂ ਸਿੱਖ ਲਿਆ, ਚਾਰ ਸਿੱਖ ਲਿਆਇਆ ਸੀ ਉਸ ਟੈਨਿਓਰ ਚ, ਦੋ ਤਿੰਨ ਸਾਲ ਮੈਂ ਕੱਟੇ ਉਹਦੇ ਨਾਲ। ਸੋ ਜਨਰਲ ਸਾਹਿਬ ਤੁਸੀਂ ਕਿਹਾ ਕਿ ਕਰਤਾ ਧਰਤਾ ਜਨਰਲ ਬਰਾੜ ਸੀ, ਜਨਰਲ ਬਰਾੜ ਹੀ ਸੀ, ਸਰਕਾਰ ਨੀ ਸੀ, ਮਤਲਬ ਮੇਨ ਜਿਹੜਾ ਸਰਕਾਰ ਨੇ ਕੀਤਾ ਸੀ। ਇੰਦਰਾ ਗਾਂਧੀ ਟੈਲੀਫੋਨ ਤੇ ਸੀ ਇਹਦੇ ਨਾਲ, ਇਹਨਾਂ ਨਾਲ ਮੋਨੀਟਰਿੰਗ ਇਟ ਸਰਕਾਰ 100%। ਬਰਾੜ ਤਾਂ ਐਮਬੀਸ਼ੀਅਸ ਗੁੱਡ ਆਫਿਸਰ, ਫੌਜ ਫੌਜ ਨੂੰ ਵਰਤਿਆ ਸਿਰਫ ਉਹਨਾਂ ਨੇ ਵਰਤਿਆ। ਮੇਰੇ ਨਾਲ ਤਾਂ ਬਰਾੜ ਬੜਾ ਵੈਲਿਊ, ਲੜਾਈ ਚ ਬਹੁਤ ਬਹਾਦਰ,
ਬਸ ਓਹਨੂੰ ਇਹ ਸੀ ਪ੍ਰਮੋਸ਼ਨ ਮਿਲੇ, ਹੱਥ ਖੜਾ ਕਰਕੇ ਮੋਹਰੇ ਮੈਂ ਹਮੇਸ਼ਾ ਹੀ ਕਰਦਾ ਸੀ, ਮੇਰੇ ਦੇ ਨਾਲ ਦਾ ਸੀ, ਮੈਂ ਹਮੇਸ਼ਾ ਕਹਿੰਦਾ ਉਹਦੇ ਹੱਥ ਨਾ ਖੜਾ ਕਰ ਕਰ, ਐਂ ਤੂੰ ਹੁਣ ਸੀਨੀਅਰ ਹੋ ਗਿਆ ਬੱਚਾ ਨੀ। ਬਹੁਤ ਇੰਥੂਜ਼ੀਆਸਟਿਕ ਚੈਪ ਸੀ, ਉਸ ਇੰਥੂਜ਼ੀਆਜ਼ਮ ਕਿ ਮੈਨੂੰ ਆਹ ਮਿਲੂ ਤੇ ਮੈਨੂੰ ਆਹ ਤਗਮਾ ਮਿਲੂ ਤੇ ਪ੍ਰਮੋਸ਼ਨ ਮਿਲੂ, ਬਸ ਉਹਦੀ ਤਾਂ ਐਂਬੀਸ਼ਨ ਸੀ, ਲਾਲਚ ਸੀ। ਸੋ ਜਨਰਲ ਸਾਹਿਬ ਉਸ ਵੇਲੇ ਜਿਹੜੇ ਲੜਾਕੇ ਫੌਜੀ ਸੀਗੇ, ਲੜਨ ਵਾਲੇ ਫੌਜੀ ਸੀ, ਉਹਨਾਂ ਨੇ ਬੈਰਕਾਂ ਛੱਡ ਕੇ ਰੋਸ ਪ੍ਰਗਟ ਕੀਤਾ ਸੀ, ਤੁਸੀਂ ਕਿਵੇਂ ਰੋਸ ਪ੍ਰਗਟ ਕੀਤਾ ਇਸ ਸਾਕਾ ਨੀਲਾ ਤਾਰਾ ਦਾ ਫੌਜ ਵਿੱਚ ਰਹਿੰਦੇ ਹੋਏ? ਦੇਖੋ ਮੈਂ ਸਦਰਨ ਕਮਾਂਡ ਵਿੱਚ ਸੀ ਜਦ ਇਹ ਸ਼ੁਰੂ ਹੋਇਆ ਸੀ, ਔਰ ਸੋਲਡੀਅਰਸ ਭੱਜਣ ਲੱਗ ਪਏ ਸੀ ਦਰਬਾਰ ਸਾਹਿਬ ਵੱਲ ਛੱਡ ਕੇ। ਹੁਣ ਮੈਂ ਤੇ ਉੱਪਰਲਾ ਚੀਫ ਸਰਦਾਰ ਸੀ, ਸਾਊਥ ਸਦਰਨ ਕਮਾਂਡ ਸੀ ਮੈਂ, ਅਸੀਂ ਅਸੀਂ ਸੋਚ ਕੇ ਕਿੱਦਾਂ ਕਰੀਏ, ਸਿੱਖ ਜਦ ਜਾਂਦੇ ਹੈ ਇਹ ਸਾਰੇ ਰੋਕ ਕੇ ਤੇ ਮਾਰਦੇ ਇਹਨਾਂ ਨੂੰ, ਇਹਨੂੰ ਰੋਕੀਏ ਕਿਸ ਤਰ੍ਹਾਂ, ਜੋਸ਼ ਵਿੱਚ ਜਾਣਾ ਹੀ ਇਹਨਾਂ ਨੇ, ਤੇ ਅਸੀਂ ਫਿਰ ਬੰਦ ਲਾਉਣ ਲੱਗ ਪਏ ਉਹਨਾਂ ਦੇ ਭਲੇ ਲਈ, ਤਾਂ ਕਿ ਅੱਗੇ ਨਾ ਜਾਣ ਸਿੱਖ ਪਲਟਣਾ ਜਿੱਥੇ ਸੀ ਉਹਨਾਂ ਦੇ ਬੰਦ। ਕਈ ਕਹਿੰਦੇ ਸੀ ਦੇਖੋ ਸਿੱਖਾਂ ਦੇ ਬਰਖਿਲਾਫ਼, ਨਹੀਂ ਨਹੀਂ, ਉਹਨਾਂ ਦੇ ਭਲੇ ਲਈ ਕੀਤਾ ਸੀ, ਕਿਉਂਕਿ ਬਹੁਤ ਮਾਰੇ ਗਏ ਸੀ ਇੱਧਰੋਂ ਜਦ ਆਏ ਹੋਏ ਈਸਟ ਤੋਂ ਨਾ, ਸਿੱਖ ਦੀ ਰੈਜੀਮੈਂਟ ਦੀ ਜਿਹੜਾ ਹੋਮ ਸੀ ਉਹ ਈਸਟ ਵਿੱਚ ਸੀ, ਉਧਰੋਂ ਬੜੇ ਭੱਜੇ ਗੱਡੀਆਂ ਲੈ ਕੇ ਰਫਲਾਂ ਲੈ ਕੇ, ਉਹਨਾਂ ਨੂੰ ਅੱਧਿਆਂ ਨੂੰ ਰਸਤੇ ਚ ਪਹੁੰਚਿਆ ਇਹਨਾਂ ਨੇ, ਜਦ ਸਾਨੂੰ ਪਤਾ ਲੱਗਾ ਅਸੀਂ ਆਪਣੇ ਰੋਕ ਲਏ ਐਵੇਂ ਜਾ ਕੇ, ਪਰ ਆਪਣੇ ਆਪ ਅਸੀਂ ਕਰਾਂਗੇ ਸਾਰੇ ਕੁਛ। ਇਹ ਵੀ ਸੁਣਨ ਦੇ ਵਿੱਚ ਆਉਂਦਾ ਕਿ ਤੁਸੀਂ ਉਸ ਤੋਂ ਬਾਅਦ ਇਹ ਸਾਕਾ ਨੀਲਾ ਤਾਰਾ ਦੁਖਾਂਤ ਜਦੋਂ ਵਾਪਰਿਆ ਸੀ ਉਸ ਤੋਂ ਬਾਅਦ ਤੁਸੀਂ ਜਨਰਲ ਵੈਦਿਆ ਨੂੰ ਕਦੇ ਸਲਿਊਟ ਨਹੀਂ ਕੀਤਾ ਸੀਗਾ, ਉਹਨਾਂ ਦੇ ਜੂਨੀਅਰ ਹੁੰਦੇ ਹੋਏ ਵੀ? ਮੈਂ ਕਿੱਦਾਂ ਸਲੂਟ ਕਰ ਸਕਦਾ ਸੀ ਏਦਾਂ ਦੇ ਬੰਦੇ ਨੂੰ, ਤੁਸੀਂ ਦੱਸੋ ਉਹ ਜੋ ਕੁਛ ਮੇਰੇ ਨਾਲ, ਮੈਂ ਤੁਹਾਨੂੰ ਦੱਸ ਚੁੱਕਾ ਮੇਰੀ ਬੇਇੱਜ਼ਤੀ ਨਾਲ ਮੈਨੂੰ ਦਫ਼ਤਰ ਚੋਂ ਕੱਢਿਆ ਵੀ ਸਰ, ਜਿਸ ਤਰ੍ਹਾਂ ਬੋਲਿਆ ਮੇਰੇ ਨਾਲ, ਹੀ ਡਿਡਨਟ ਟਾਕ ਟੂ ਮੀ ਲਾਈਕ ਅ ਜਨਰਲ, ਸੋ ਆਈ ਡਿਸਾਈਡਿਡ ਫਰੋਮ ਦੈਟ ਡੇ ਆਈ ਵਿਲ ਨੋਟ ਸਲੂਟ। ਸਾਡੀਆਂ ਪਾਰਟੀਆਂ ਹੁੰਦੀਆਂ ਸੀ, ਉਹ ਤਾਂ ਇਨਵਾਈਟਿਡ ਹੁੰਦਾ ਸੀ, ਨਾਲ ਮੈਂ ਵੀ ਹੁੰਦਾ, ਜਨਰਲ ਬਣਾਉਂਦੇ ਸੀ, ਉਹ ਮੈਨੂੰ ਦੇਖ ਕੇ ਇੱਧਰ ਨੂੰ ਜਾਂਦਾ ਹੁੰਦਾ ਸੀ, ਕਹਿੰਦੇ ਸਲੂਟ ਤਾਂ ਕਰਨਾ ਨਹੀਂ, ਜਲਦੀ ਨਾ ਇੱਧਰ ਹੋ ਜਾਣਾ, ਸਰਦਾਰ ਇੰਨਾ ਹੀ ਤਾਂ ਡਰਾ ਲੈਂਦਾ। ਆਏ ਮੈਨੂੰ ਖੁਸ਼ੀ ਹੁੰਦੀ ਸੀ, ਮੈਂ ਡਰਦਾ ਤਾਂ ਹੈ ਸਾਰਾ, ਦੇਖੀ ਜਾਓ ਜੋ ਹੋ, ਮੈਨੂੰ ਪਤਾ ਸੀ ਉਹਨੇ ਕਰਨਾ ਜੋ ਕਰਨਾ, ਆਈ ਨਿਊ ਦੈਟ ਸੂਨਰ ਦੈਟ ਟੁੱਕ ਦਾ ਪੰਗਾ, ਆਈ ਨਿਊ ਬੇਟੇ ਆਓ, ਆਈ ਸੈਡ ਵਾਟ, ਅੱਜ ਹੁਣ ਕੀ ਪੰਗੇ ਦਰੇ ਗਿਆ, ਜਦ ਤੁਹਾਡਾ ਪੰਜਾਬ ਵੀ ਉਡਾਰ ਰਿਹਾ ਹੈ ਤਾਂ ਤੁਹਾਨੂੰ ਛੱਡਣਾ ਇਹਨਾਂ ਨੇ, ਮੈਂ ਤੁਹਾਨੂੰ ਪਾਲਣਾ, ਦੈਟ ਵਾਜ਼ ਸ਼ੋਰ, ਅਸੀਂ ਨਾ ਲੜਦੇ ਅਸੀਂ ਨਾ ਬਗਾਵਤ ਕਰਦੇ ਤਾਂ ਇਹਨਾਂ ਨੇ ਸਾਰਿਆਂ ਨੇ ਹੋਰ ਜੂਨੀਅਰਸ ਨੂੰ ਪੜ੍ਹਨਾ ਸੀ। ਸੋ ਉਹਨਾਂ ਦਿਨਾਂ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ, ਉਹਨਾਂ ਨੇ ਜਿਹੜੀ ਸੰਵਿਧਾਨ ਦੀ ਧਾਰਾ 23B ਸੀ ਉਹਦੀਆਂ ਕਾਪੀਆਂ ਸਾੜੀਆਂ ਸੀ ਦਿੱਲੀ ਦੇ ਵਿੱਚ, ਨਾਲ ਹੀ ਸੁਣਨ ਵਿੱਚ ਆਉਂਦਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਸੱਦਾ ਦਿੱਤਾ ਸੀ ਫੌਜੀਆਂ ਨੂੰ ਬੈਰਕਾਂ ਛੱਡਣ ਦੇ ਲਈ, ਕੀ ਉਹਨਾਂ ਨੇ ਬੈਰਕਾਂ ਪ੍ਰਕਾਸ਼ ਸਿੰਘ ਬਾਦਲ ਦੇ ਸੱਦੇ ਤੇ ਛੱਡੀਆਂ ਸੀ ਜਾਂ ਉਹਨਾਂ ਦਾ ਆਪਣਾ ਫੈਸਲਾ ਸੀ? ਬਿਲਕੁਲ ਨਹੀਂ, ਆਪਣਾ ਫੈਸਲਾ ਸੀ, ਬਿਲਕੁਲ ਸਾਫ਼ ਕਹਿ ਸਕਦਾ, ਮਤਲਬ
ਇਸ ਪਾਸੇ ਨੂੰ ਸਾਡੇ ਟਰੁੱਪਸ ਨਹੀਂ ਪਏ ਔਰ ਅਸੀਂ ਅਫਸਰ ਵੀ ਐਕਸਪਲੇਨ ਕਰਦੇ ਸੀ ਸਾਨੂੰ ਪਤਾ ਸੀ ਅਕਾਲੀ ਖੇਲਾਂ ਖੇਲਣ ਰਹੇ ਆਪਸ ਚ ਔਰ ਪ੍ਰਕਾਸ਼ ਸਿੰਘ ਬਾਦਲ ਖਾਸ ਤੌਰ ਤੇ ਕਦੇ ਇੰਦਰਾ ਗਾਂਧੀ ਕੋਲ ਜਾਂਦਾ ਜਨਰਲ ਨੂੰ ਮਾਰੋ ਕਦੇ ਕਦੇ ਫਿਰ ਆਪ ਐਲਾਨ ਕਰਦਾ ਬੜਾ ਖਚਰਾ ਬੰਦੇ ਚ ਇਹਨੇ ਤਾਂ ਬੜੇ ਬੰਦੇ ਖਤਮ ਕੀਤੇ ਰਸਤੇ ਚ ਜਨਰਲ ਸਾਹਿਬ ਤੁਸੀਂ ਦੱਸਿਆ ਕਿ ਜਨਰਲ ਵੈਦਿਆ ਨੂੰ ਤੁਸੀਂ ਕਦੇ ਸਲਿਊਟ ਨਹੀਂ ਕੀਤਾ ਆਪਣਾ ਰੋਸ ਪ੍ਰਗਟ ਕੀਤਾ ਤੇ ਉਹ ਤੋਂ ਬਾਅਦ ਹਾਂਜੀ ਤੇ ਜਨਰਲ ਬਰਾੜ ਨਾਲ ਫਿਰ ਮੁਲਾਕਾਤ ਹੁੰਦੀ ਰਹਿੰਦੀ ਹੋਣੀ ਕੀ ਗੱਲਬਾਤ ਹੁੰਦੀ ਸੀ ਕਦੇ ਕੋਈ ਰੋਸਾ ਪ੍ਰਗਟ ਕੀਤਾ ਬਰਾੜ ਨਾਲ ਬਰਾੜ ਤਾਂ ਦੂਜੇ ਪਾਸੇ ਸੀ ਬੈਠੇ ਬਰਾੜ ਨਹੀਂ ਮਿਲਿਆ ਸੀ ਬਰਾੜ ਵਜ਼ਨ ਪੰਜਾਬ ਇਹ ਡਿਪ ਕਮਾਂਡ ਕਰ ਰਿਹਾ ਸੀ ਯੂਪੀ ਚ ਮੇਰਠ ਉੱਥੋਂ ਵਾਲੰਟੀਅਰ ਮੰਗਿਆ ਸੁੰਦਰ ਜੀ ਨੇ ਕਿਉਂਕਿ ਲੜਾਈ ਚ ਇਹਨੇ ਕੰਮ ਚੰਗਾ ਕੀਤਾ ਸੀ ਸੁੰਦਰ ਜੀ ਨੇ ਕਿਹਾ ਬਹਾਦਰ ਇਹਨੂੰ ਸੁੰਦਰ ਜੀ ਨੂੰ ਕਿਹਾ ਗਿਆ ਸੀ ਸਿੱਖ ਲਏਗਾ ਸਿੱਖ ਨਾਲ ਇੰਦਰਾ ਗਾਂਧੀ ਨੇ ਸਿੱਖ ਨਾਲ ਅਟੈਕ ਕਰ ਤਾਂ ਲੋਕ ਕੋਈ ਸਿੱਖ ਨਹੀਂ ਤਿਆਰ ਸੀ ਇਹ ਹੱਥ ਖੜਾ ਕਰਕੇ ਆਇਆ ਸੀ ਜਨਰਲ ਸਾਹਿਬ ਇਹ ਸਾਰਾ ਜਿਹੜਾ ਦੁਖਾਂਤ ਵਾਪਰਿਆ ਇਹਨੂੰ ਤੁਸੀਂ ਕੀ ਮੰਨਦੇ ਹੋ ਸਿਰਫ ਹਮਲਾ ਜਾਂ ਫਿਰ ਨਸਲਕੁਸ਼ੀ ਸਿੱਖ ਕਹਿੰਦੇ ਨੇ ਕਿ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਭਾਰਤ ਸਰਕਾਰ ਨੇ ਸਿੱਖਾਂ ਦੀ ਨਸਲਕੁਸ਼ੀ ਮਤਲਬ ਜੈਨੋਸਾਈਡ ਸਿੱਖ ਕਹਿੰਦੇ ਨੇ ਕਿ ਉਹ ਇੱਕ ਜੈਨੋਸਾਈਡ ਸੀ ਤੁਸੀਂ ਕੀ ਮੰਨਦੇ ਹੋ ਹਮਲਾ ਸਿਰਫ ਜਾਂ ਫਿਰ ਜੈਨੋਸਾਈਡ ਇਟ ਵਾਸ ਹਮਲਾ ਬਿਕੋਜ਼ ਐਨੀ ਡੀਪ ਪਲੈਨਿੰਗ ਨਹੀਂ ਸੀ ਕਿ ਜੈਨੋਸਾਈਡ ਦੇ ਡਿਗਰੀ ਤਾਈਂ ਪਹੁੰਚਣ ਸਿਰਫ ਇੱਕ ਲੇਡੀ ਦੀ ਅਸਲੀ ਤਾਂ ਸਪਾਈਟ ਸੀ ਪਤਾ ਨਹੀਂ ਕਿਹੜੀ ਗੱਲ ਤੇ ਸਿੱਖਾਂ ਦੇ ਵਾਟਲਾਫ ਹੋ ਗਈ ਤੇ ਪਹਿਲਾਂ ਸਿੱਖਾਂ ਦੇ ਹੱਕ 'ਚ ਸੀਗੀ